ਕਸਬਾ ਰਈਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਵੱਲੋਂ ਵੀਵਾ ਸਲਾਨਾ ਫੁੱਟਬਾਲ ਅਤੇ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਲੱਬਾਂ ਦੇ ਖਿਡਾਰੀਆਂ ਵੱਲੋਂ ਮਾਂ ਖੇਡ ਕਬੱਡੀ ਦਾ ਪ੍ਰਦਰਸ਼ਨ ਕੀਤਾ ਗਿਆ। ਅੰਤ ਉੱਪਰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਵੱਲੋਂ ਕੀਤੀ ਗਈ। ਇਸ ਦੌਰਾਨ ਬੋਲਦਿਆਂ ਸਾਂਸਦ ਡਿੰਪਾ ਵੱਲੋਂ ਜਿੱਥੇ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਗਈ, ਉੱਥੇ ਨਾਲ ਹੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਅੱਗੇ ਵਧਣ ਦੀ ਅਪੀਲ ਕੀਤੀ ਗਈ। ਅੱਜ 20ਵਾਂ ਜਿਹੜਾ ਸਲਾਨਾ ਟੂਰਨਾਮੈਂਟ ਆ ਜਿਹੜਾ ਗੁਰੂ ਨਾਨਕ ਸਪੋਰਟਸ ਕਲੱਬ ਦੇ ਬੈਨਰ ਹੇਠ ਰੋਬਿਨ ਮਾਨ ਹੋਣੀ, ਸ਼ੀਨਾ ਹੋਣੀ, ਮਨਪ੍ਰੀਤ ਹੋਣੀ, ਇਹ ਸਾਰੀ ਨੌਜਵਾਨਾਂ ਦੀ ਇੱਕ ਯੰਗ ਟੀਮ ਰਲ ਕੇ ਕਰਾਉਂਦੀ ਆ। ਇਹ ਬੜਾ ਸਖਸ਼ਮਈ ਅਤੇ ਬਹੁਤ ਸੋਹਣਾ ਹੋ ਕੇ ਨਿਪੜਿਆ। ਮੈਂ ਇਹਨਾਂ ਸਾਰਿਆਂ ਨੂੰ ਇਹ ਵਧਾਈ ਦਿੰਦਾ। ਇਹਨਾਂ ਨੇ ਇੱਕ ਸਮਾਜ ਨੂੰ ਚੰਗਾ ਰਾਹ ਵਿਖਾਉਣ ਵਾਸਤੇ, ਇੱਕ ਆਈਨਾ ਵਿਖਾਉਣ ਵਾਸਤੇ ਇਹਨਾਂ ਜਿਹੜੀ ਮੁਹਿੰਮ ਬਿੱਟੀ ਆ, ਪਰਮਾਤਮਾ ਇਹਨਾਂ ਨੂੰ ਹੋਰ ਸਫਲਤਾ ਦੇਵੇ। ਇਹ ਮੈਂ ਜਿੱਦਣ ਪਹਿਲੀ ਵਾਰ ਇਹ ਟੂਰਨਾਮੈਂਟ ਹੋਇਆ ਮੈਂ ਉੱਦਣ ਵੀ ਆਇਆ, ਅਤੇ ਇਸ ਮੈਂ ਟੂਰਨਾਮੈਂਟ ਨੂੰ ਆਪਣੇ ਬੱਚਿਆਂ ਨੂੰ ਆਪਣੇ ਕੁਛੜੀ ਵਾਧਾ ਵੇਖਿਆ ਕਿੱਦਾਂ ਕਿੱਦਾਂ ਇਹ ਜਵਾਨ ਹੋਇਆ। ਅਤੇ ਮੈਂ ਸਮਝਦਾ ਕਿ ਇਹਨਾਂ ਨੌਜਵਾਨਾਂ ਨੂੰ ਪਰਮਾਤਮਾ ਸਿਹਤਾਬੀ ਤੰਦਰੁਸਤੀ ਲੰਮੀ ਆਯੂ ਬਖਸ਼ੇ, ਅਤੇ ਇਹ ਹੋਰ ਵੀ ਇਹੋ ਜਿਹੇ ਟੂਰਨਾਮੈਂਟ, ਇਹੋ ਜਿਹੇ ਸਮਾਜਿਕ ਧਾਰਮਿਕ ਕਾਰਜ ਕਰਾ ਕੇ ਇਹ ਜਿਹੜਾ ਵਾ ਇਹ ਸਮਾਜ ਦੀ ਸੇਵਾ ਕਰ ਸਕਣ। ਦੇਖੋ ਜੀ, ਇੰਨਾ ਪਿਆਰ ਤੇ ਇੰਨਾ ਆਸ਼ੀਰਵਾਦ ਮਿਲਿਆ ਮੈਨੂੰ ਵੱਡਿਆਂ ਦਾ, ਇਹਨਾਂ ਦੇ ਵੀਰਾਂ ਦਾ, ਰਈਏ ਦੇ ਇਲਾਕੇ ਨਿਵਾਸੀਆਂ ਦਾ, ਮੈਂ ਦੇ ਨਹੀਂ ਦੇ ਸਕਦਾ। ਇਹਨਾਂ ਦੇ ਸਹਿਯੋਗ ਨਾਲ ਹੀ ਇੰਨਾ ਵੱਡਾ ਟੂਰਨਾਮੈਂਟ ਹਰ ਸਾਲ ਕਰਵਾਈਦਾ ਵਾ। ਇਹ ਟੂਰਨਾਮੈਂਟ ਮੈਂ ਇੱਕ ਛੋਟੇ ਜਿਹੇ ਪ੍ਰਾਈਜ਼ 5000 ਤੋਂ ਸ਼ੁਰੂ ਕੀਤਾ ਸੀ, ਅੱਜ ਲੱਖਾਂ ਚ ਪਹੁੰਚਾਤਾ ਵਾ। ਜੇ ਇਹਨਾਂ ਦਾ ਪਿਆਰ ਆ, ਸਾਥ ਆ, ਤੇ ਫਿਰ ਹੀ ਇੱਥੋਂ ਤੱਕ ਪੁੱਜੇ ਇਹ। ਕੁਦਰਤ ਦਾ ਇਹ ਤਾਂ ਪਰਮਾਤਮਾ ਦੀ ਦੇਣ ਆ। ਮੈਂ ਕੀ ਇਹ ਤਾਂ ਸੇਵਕ ਆ ਜੀ, ਇਹ ਤਾਂ ਕੰਮ ਕਰਦੇ ਆ, ਮਤਲਬ ਬਾਕੀ ਪਰਮਾਤਮਾ ਕਰਾਉਂਦਾ ਸਭ ਕੁਛ। ਬਹੁਤ ਹੀ ਵਧੀਆ ਫੀਲ ਹੋ ਰਿਹਾ ਵਾ, ਲੋਕਾਂ ਦਾ ਇੰਨਾ ਪਿਆਰ ਮਿਲਦਾ ਵਾ ਕਿ ਮਤਲਬ ਕੀ ਕਹਿ ਸਕਦੇ ਹੋ। ਇਸ ਤੋਂ ਵੱਡੀ ਉਪਲਬਧੀ ਕੀ ਹੋ ਸਕਦੀ ਹੈ ਕਿ ਮੇਰੇ ਸ਼ਹਿਰ ਰਈਆ ਵਿੱਚ ਏਡੇ ਵੱਡੇ ਪਲੇਅਰ ਆ ਕੇ ਖੇਡ ਰਹੇ ਹਨ, ਤੇ ਹੁਣ ਨੀ ਹਰ ਸਾਲ ਹੀ ਨਾਮੀ ਪਲੇਅਰ ਇੱਥੇ ਆ ਕੇ ਮਤਲਬ ਆਪਣੇ ਜ਼ੋਰ ਵਿਖਾਉਂਦੇ ਆ। ਬਹੁਤ ਹੀ ਵਧੀਆ ਫੀਲ ਹੋ ਰਿਹਾ ਜੀ।